ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪ੍ਰੇਮ ਸੰਬੰਧ ਇੱਕ ਨੌਜਵਾਨ ਨੂੰ ਕਾਫੀ ਮਹਿੰਗੇ ਪੈ ਗਏ ਨੇ। ਦੱਸਿਆ ਜਾ ਰਿਹਾ ਕਿ ਪਿੰਡ ਦੀ ਇੱਕ ਮਹਿਲਾ ਦੇ ਨਾਲ ਇੱਕ ਨੌਜਵਾਨ ਦੇ ਪ੍ਰੇਮ ਸੰਬੰਧ ਚੱਲ ਰਹੇ ਸਨ ਤੇ ਉਸ ਦੇ ਦਰਮਿਆਨ ਜਦ ਨੌਜਵਾਨ ਉਸ ਵਿਆਹੀ ਹੋਈ ਮਹਿਲਾ ਨੂੰ ਮਿਲਣ ਦੇ ਲਈ ਆਉਂਦਾ ਤਾਂ ਮਹਿਲਾ ਦੇ ਪਤੀ ਨੂੰ ਪਹਿਲਾਂ ਹੀ ਇਹਨਾਂ 'ਤੇ ਸ਼ੱਕ ਸੀ ਤੇ ਉਹ ਪਹਿਲਾਂ ਹੀ ਸਾਰੀ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਨੂੰ ਬੁਲਾ ਕੇ ਬੈਠਾ ਹੋਇਆ ਸੀ। ਜਦ ਨੌਜਵਾਨ ਉਹਨਾਂ ਦੇ ਘਰ ਪਹੁੰਚਦਾ ਹੈ ਤਾਂ ਉਸ ਸ਼ਖਸ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨੌਜਵਾਨ ਨੂੰ ਫੜ ਲਿਆ ਜਾਂਦਾ ਅਤੇ ਇਸਦੀ ਕੁੱਟਮਾਰ ਕੀਤੀ ਗਈ ਹੈ। ਇੰਨੀ ਬੁਰੀ ਤਰ੍ਹਾਂ ਦੇ ਨਾਲ ਨੌਜਵਾਨ ਨੂੰ ਕੁੱਟਿਆ ਜਾਂਦਾ ਹੈ ਕਿ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਕਿ ਦੇਰ ਰਾਤ ਜਿਹੜੇ ਮਾਤਾ ਪਿਤਾ ਨੇ ਉਹ ਵੀ ਮੁੰਡੇ ਦੇ ਪਹੁੰਚਦੇ ਨੇ, ਜਿਸ ਦਾ ਕਤਲ ਕੀਤਾ ਗਿਆ। ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਕਿ ਥਾਣਾ ਆਨੰਦਗੜ੍ਹ ਦੇ ਵਿੱਚ ਮਾਮਲਾ ਦਰਜ ਹੋਇਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਨਵੀਰ ਕੌਰ, ਤਨਵੀਰ ਕੌਰ ਜੀ, ਕੀ ਮਾਮਲਾ ਕੀ ਹੋਇਆ ਜੀ? ਇਹ ਮੁੰਡਾ ਪਹਿਲਾਂ ਵੀ ਧੱਕੇ ਧੁੱਕੇ ਨਾਲ ਘਰੇ ਆਉਂਦਾ ਸੀਗਾ। ਪਹਿਲਾਂ ਇਹਦੇ ਘਰੇ ਵੀ ਤਲਾਕ ਕੀਤੀ, ਬਹੁਤ ਵਾਰ ਲੜਾਈ ਵੀ ਹੋਈ ਹੈ ਵੀ ਇਹਨੂੰ ਘਰੇ ਨਾ ਆਉਣ ਦਿਓ, ਆਪਦੇ ਸੰਭਾਲੋ, ਪਰ ਇਹ ਨਹੀਂ ਹਟੇ। ਰਾਤ ਇਹਨੂੰ ਐਂ ਪਤਾ ਸੀ ਵੀ ਇਹ ਬੰਦੇ ਹੈ ਨਹੀਂ ਘਰੇ, ਕੁੜੀ ਇਕੱਲੀ ਹੈ, ਤਾਂ ਕਰਕੇ ਘਰੇ ਆਏ ਆ ਇਹ। ਕਿੱਥੇ ਗਿਆ ਸੀ ਬੰਦੇ? ਇਹਨਾਂ ਦੇ ਬੰਦੇ ਇਹਨਾਂ ਦੇ ਮੱਥਾ ਟੇਕਣ ਗਏ ਸੀ ਮਾਤਾ ਦੇ, ਇਹ ਦੋ ਜੀ ਅਲੱਗ ਰਹਿੰਦੇ ਹੈਗੇ। ਇਹ ਕਿੰਨੇ ਵਜੇ ਹੋਏ ਇਹ ਘਟਨਾ ਵਾਪਰੀ? ਇਹ 12 ਵਜੇ ਦੇ ਕਰੀਬ ਵਾਪਰੀ। ਉਹ ਗੱਡੀ ਟੱਪ ਗਈ ਉਹਨਾਂ ਦੀ, ਉਹ ਵਾਪਸ ਘਰੇ ਮੁੜੇ ਆਏ। ਜਦੋਂ ਘਰੇ ਆਏ ਤਾਂ ਉਹ ਅੰਦਰ ਜਦੋਂ ਗਏ ਘਰ ਦੇ, ਉਹ ਜ਼ਬਰਦਸਤੀ ਕਰੀ ਜਾਂਦਾ ਸੀ, ਫਿਰ ਇਹਨਾਂ ਨੇ ਥੋੜ੍ਹੇ ਕੁੱਟਮਾਰ ਕੀਤੀ। ਅਤੇ ਕਿੰਨੇ ਵਜੇ ਪੁਲਿਸ ਕਿੰਨੇ ਵਜੇ ਆਈ ਹੈ? ਪੁਲਿਸ ਸੁਬਾਹ ਆਈ ਹੈ। ਇਹ ਲੂਲਬਾਈ ਪਿੰਡ ਦੇ ਮਸਲਾ ਹੈਗਾ, ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਅਤੇ ਮਜ਼ਦੂਰੀ ਦਾ ਕੰਮ ਕਰਦਾ। ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੇਅੰਤ ਨਾਮ ਦੀ ਲੜਕੀ ਹੈਗੀ ਹੈ, ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਤਕਰੀਬਨ 11-12 ਵਜੇ ਦੇ ਕਰੀਬ, ਤਾਂ ਉਸਦੇ ਘਰ ਵਾਲੇ ਨੂੰ ਇਹਨਾਂ 'ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਅਤੇ ਆਪਣੀ ਘਰਵਾਲੀ ਦੇ ਉੱਪਰ, ਤਾਂ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀਗੀ। ਜਦੋਂ ਉਸਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ, ਅਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ, ਉਹਨਾਂ ਨਾਲ ਮਿਲ ਕੇ ਇਸਦੀ ਕੁੱਟਮਾਰ ਕੀਤੀ ਅਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸਦਾ ਕਤਲ ਕਰ ਦਿੱਤਾ। ਸੋ ਹੁਣ ਜਿਹੜੀ ਹੈਗੀ ਹੈ ਮੌਕੇ 'ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ, ਫੋਰੈਂਸਿਕ ਟੀਮ ਸਾਡੀ ਮੌਕੇ 'ਤੇ ਜਿਹੜੀ ਹੈਗੀ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ। ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ, ਫਾਦਰ ਹੈ, ਉਹ ਵੀ ਰਾਤ ਜਦੋਂ ਮੌਕੇ 'ਤੇ ਆ ਗਏ ਸੀਗੇ, ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀਂ ਦੇਖਿਆ। ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ। ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ, ਯੰਗ ਏਜ ਦਾ ਮੁੰਡਾ ਹੈਗਾ, ਇਸੇ ਪਿੰਡ ਦਾ ਰਹਿਣ ਵਾਲਾ। ਇੱਥੇ ਜਿਹੜੀ ਫਰਦਰ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਹੈ ਇਸ ਪਿੰਡ ਦੀ ਰਹਿਣ ਵਾਲੀ, ਉਸ ਨਾਲ ਇਸਦੇ ਸੰਬੰਧ ਸੀਗੇ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਅਤੇ ਕਿਉਂਕਿ ਉਸਦੇ ਘਰ ਵਾਲੇ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ, ਅਤੇ ਉਹ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਿਹਾ। ਜਦੋਂ ਆਇਆ ਤਾਂ ਉਸਨੂੰ ਫੜ ਲਿਆ, ਫੜ ਕੇ ਉਹਦੀ ਕੁੱਟਮਾਰ ਕੀਤੀ ਅਤੇ ਜਿਹੜਾ ਹੈਗਾ ਉਸਦਾ ਕਤਲ ਕਰ ਦਿੱਤਾ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ, ਜਿਹੜੇ ਉਸਦੇ ਮੌਕੇ 'ਤੇ ਰਾਤ ਆਏ ਸੀਗੇ, ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।